ਜਿਹੜਾ ਮੇਨ ਕਾਰਨ ਹੈ ਵੀ ਜਿਹੜੀ ਪੰਜਾਬ ਯੂਨੀਵਰਸਿਟੀ ਦੇ ਵਿੱਚ BJP ਆਪਣੀ ਇੰਨੀ ਕੁ ਮਨਮਾਨੀ ਕਰ ਰਹੀ ਹੈ, ਜਿਵੇਂ ਕਿ ਪਹਿਲਾਂ ਸਾਰੇ ਪੰਜਾਬ ਦੇ ਵਿੱਚ ਜਿਹੜੇ ਵੀ ਪੰਜਾਬ ਯੂਨੀਵਰਸਿਟੀ ਦੇ ਅੰਡਰ ਕਾਲਜ ਆਉਂਦੇ ਨੇ ਉੱਥੋਂ ਸੈਨੇਟ ਦੀ ਇੱਕ ਚੋਣ ਹੁੰਦੀ ਸੀ, ਸੈਨੇਟ ਮੈਂਬਰ ਚੁਣ ਕੇ ਉਹ ਯੂਨੀਵਰਸਿਟੀ ਨੂੰ ਚਲਾਉਣ ਲਈ ਉਹਦੇ ਸੈਨੇਟ ਮੈਂਬਰ ਸਾਰੇ ਪੰਜਾਬ 'ਚੋਂ ਹਰਿਆਣੇ 'ਚੋਂ ਚੁਣ ਕੇ ਉੱਥੇ ਪਹੁੰਚਦੇ ਸੀ ਅਤੇ ਉਹਨਾਂ ਦੇ ਹਿਸਾਬ ਨਾਲ ਯੂਨੀਵਰਸਿਟੀ ਚੱਲਦੀ ਸੀਗੀ ਤਾਂ। ਪਰ ਹੁਣ ਜਿਹੜੀ ਉਹ ਸੈਨੇਟ ਦੀ ਚੋਣ ਜਿਵੇਂ ਪਹਿਲਾਂ ਅੱਗੇ ਅੱਗੇ ਡਿਲੇ ਕਰ ਰਹੇ ਸੀ ਅਤੇ ਹੁਣ ਸ਼ਾਇਦ ਉਹ ਇਹ ਨਹੀਂ ਪਤਾ ਸੈਨੇਟ ਦੀ ਚੋਣ ਨੂੰ ਖਤਮ ਹੀ ਕਰ ਦੇਣ ਅਤੇ ਖਤਮ ਕਰਕੇ ਸਿਰਫ ਆਪਣੀ ਮਨਮਾਨੀ ਆਪਣੇ ਜੋ ਆਪਣਾ ਸਿਸਟਮ ਚੱਲਦਾ ਆਪਣੇ ਸਿਸਟਮ ਨਾਲ ਹੀ ਯੂਨੀਵਰਸਿਟੀ ਨੂੰ ਚਲਾਉਣਾ ਚਾਹੁੰਦੇ ਨੇ, ਜੋ ਕਿ ਅੱਗੇ ਸੈਨੇਟ ਦੀ ਮਰਜ਼ੀ ਨਾਲ ਚੱਲਦਾ ਸੀ। ਜਿਵੇਂ ਕਿ ਪਹਿਲਾਂ ਜੋ ਵੀ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨਸ ਹੁੰਦੀਆਂ ਸੀ ਬੇਸਿਕਲੀ ਉਹ ਮੈਰਿਟ ਦੇ ਆਧਾਰ 'ਤੇ ਹੁੰਦੀਆਂ ਸੀ, ਪਰ ਹੁਣ ਲੱਗਦਾ ਵੀ ਜਿਵੇਂ ਆਪਣਾ ਸਿਸਟਮ ਚਲਾ ਰਹੇ ਨੇ ਤਾਂ ਕੱਲ੍ਹ ਨੂੰ ਇਹ BJP ਸਿਰਫ ਆਪਣੀ ਮਨਮਾਨੀ ਨਾਲ ਹੀ ਉੱਥੇ ਐਡਮਿਸ਼ਨਾਂ ਕਰਵਾਇਆ ਕਰੂਗੀ, ਬਾਕੀ ਇਹ ਪੰਜਾਬ ਦੇ ਜਿਹੜੇ ਕਾਲਜ ਨੇ ਯੂਨੀਵਰਸਿਟੀ ਦੇ ਅੰਡਰ ਉਹਨਾਂ ਨੂੰ ਵੀ ਇਹਨਾਂ ਤੋਂ ਬਹੁਤ ਅਲੱਗ ਕਰ ਰਹੀ ਹੈ। ਅੱਜ ਦਾ ਪ੍ਰੋਟੈਸਟ ਜੀ ਸਾਡੇ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ ਵੱਲੋਂ, ਜੋ ਕਿ ਮੋਦੀ ਦੀ ਅੜੀਅਲ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਨੂੰ ਭੰਗ ਕਰਕੇ ਆਪਣੀ ਦਖਲਅੰਦਾਜ਼ੀ ਇੱਕ ਵਾਰ ਫਿਰ ਪੰਜਾਬ ਦੇ ਹਰ ਖਿੱਤੇ ਵਿੱਚ, ਜਿਵੇਂ ਕਿ ਪਹਿਲਾਂ ਖੇਤੀ ਦੇ ਬਿੱਲ ਪਾਸ ਕੀਤੇ, ਹੁਣ ਸਾਡੀ ਸਟੂਡੈਂਟ ਦੀ ਜਿਹੜੀ ਸਾਡੀ ਸਿੱਖਿਆ ਹੈ ਇਹਨਾਂ ਨੂੰ ਵੀ ਸਾਡੇ ਕੋਲੋਂ ਖੋਹ ਕੇ ਆਪਦੇ ਹੱਥਾਂ ਦੇ ਵਿੱਚ ਲੈਣਾ ਚਾਹੁੰਦੇ ਨੇ, ਜੋ ਕਿ ਤਾਨਾਸ਼ਾਹੀ ਦਾ ਇੱਕ ਜਿੰਦਾ ਜਿਉਂਦਾ ਜਾਗਦਾ ਸਬੂਤ ਹੈ। ਅਸੀਂ ਸਾਡਾ ਸੰਘਰਸ਼ ਇਸ ਚੀਜ਼ ਦੇ ਵੀ ਕਦੇ ਵੀ ਇਹ ਚੀਜ਼ਾਂ ਪਾਸ ਨਹੀਂ ਹੋਣ ਦਿੱਤੀਆਂ ਜਾਣਗੀਆਂ, ਜੋ ਕਿ ਸਰਕਾਰ ਦੀ ਲਗਾਤਾਰ ਤਾਨਾਸ਼ਾਹੀ ਪੰਜਾਬ ਦੇ ਉੱਪਰ ਕਬਜ਼ਾ ਕਰਨ ਦੀ ਨੀਅਤ ਹੈ। ਅਤੇ ਅਸੀਂ ਤੁਹਾਡੇ ਮਾਧਿਅਮ ਰਾਹੀਂ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਜੋ ਲੋਕ ਅਬਦਾਲੀ ਬਾਬਰਾਂ ਜਾਬਰਾਂ ਤੋਂ ਨਹੀਂ ਡਰੇ ਉਹ ਮੋਦੀ ਦੀ ਅੜੀਅਲ ਸਰਕਾਰ ਤੋਂ ਵੀ ਕਦੇ ਨਹੀਂ ਡਰਨਗੇ, ਅਤੇ ਇਸੇ ਤਰ੍ਹਾਂ ਸੜਕਾਂ 'ਤੇ ਆ ਕੇ ਪ੍ਰਦਰਸ਼ਨ ਕਰਾਂਗੇ ਅਤੇ ਕਿਸਾਨੀ ਬਿੱਲ ਵੀ ਅਤੇ ਇਹ ਸੈਨੇਟ ਵਾਲੀ ਇਲੈਕਸ਼ਨ ਵਾਲੀ ਗੱਲ ਵੀ ਅਤੇ ਹੋਰ ਵੀ ਜਿੰਨੇ ਵੀ ਮੁੱਦੇ ਨੇ ਸਰਕਾਰ ਦਾ ਡਟ ਕੇ ਵਿਰੋਧ ਕਰਾਂਗੇ ਅਤੇ ਇਹਦੇ ਵਿੱਚ ਕਾਮਯਾਬੀ ਵੀ ਹਾਸਲ ਕਰਾਂਗੇ। ਇਹ ਅੱਜ ਦਾ ਪ੍ਰੋਟੈਸਟ ਜੀ ਅਸੀਂ SOI ਵੱਲੋਂ ਕਰ ਰਹੇ ਹਾਂ, ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ ਵੱਲੋਂ। ਇਹਦਾ ਸੰਬੰਧ ਜੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹੜੇ ਘਪਲੇ ਚੱਲ ਰਹੇ ਆ ਸੈਂਟਰ ਦੀ ਮੋਦੀ ਸਰਕਾਰ ਦੀ ਦਖਲਅੰਦਾਜ਼ੀ, ਅਤੇ ਉਹਨਾਂ ਨੇ ਸੈਨੇਟ ਇਲੈਕਸ਼ਨ ਨੂੰ ਜਿਹੜਾ ਕੈਂਸਲ ਕਰ ਦਿੱਤਾ ਹੈ, ਮੇਨ ਅਸੀਂ ਉਹਦੇ ਵਿਰੋਧ ਦੇ ਵਿੱਚ ਅੱਜ ਇੱਥੇ ਧਰਨਾ ਦੇ ਰਹੇ ਹਾਂ ਜੀ, ਪ੍ਰਦਰਸ਼ਨ ਕਰ ਰਹੇ ਹਾਂ ਕਿ ਜੋ ਪੰਜਾਬ ਯੂਨੀਵਰਸਿਟੀ ਇੱਕ ਐਡਾ ਵੱਡਾ ਵਿੱਦਿਅਕ ਅਦਾਰਾ ਜਿਹਦਾ ਇੱਕ ਆਪਣਾ ਸੰਵਿਧਾਨ ਹੈ, ਆਪਣੇ ਉਹਨਾਂ ਦੇ ਕਾਨੂੰਨ ਵਿਵਸਥਾ ਹੈ, ਆਪਣੇ ਨਿਯਮ ਨੇ ਜੋ ਕਿ 1882 ਤੋਂ ਆਪਣੀ ਹੋਂਦ ਦੇ ਵਿੱਚ ਆਉਣ ਤੋਂ ਬਾਅਦ ਪ੍ਰੋਪਰ ਚੱਲ ਰਹੇ ਹੈ ਅਤੇ ਬੜੇ ਵਧੀਆ ਤਰੀਕੇ ਨਾਲ ਚੱਲ ਰਹੇ ਸੀ। ਇਸ ਵਾਰ ਉਹਨਾਂ ਨੂੰ ਮੋਦੀ ਸਰਕਾਰ ਨੇ ਆਪਣੇ ਕਿਤੇ ਤੋਂ ਦਾਖਲ ਦੇ ਨਾਲ, ਆਪਣੀ ਇੱਕ ਕੋਝੀ ਸਿਆਸਤ ਦੇ ਨਾਲ, ਪੰਜਾਬ ਯੂਨੀਵਰਸਿਟੀ 'ਤੇ ਕਬਜ਼ਾ ਕਰਨ ਦੀ ਨੀਅਤ ਦੇ ਨਾਲ ਸੈਨੇਟ ਦੀ ਇਲੈਕਸ਼ਨ ਨੂੰ ਕੈਂਸਲ ਕਰ ਦਿੱਤਾ ਹੈ। ਅਸੀਂ ਇਹਦਾ ਪੁਰਜ਼ੋਰ ਵਿਰੋਧ ਕਰਦੇ ਹਾਂ ਅਤੇ ਅਸੀਂ SOI ਵੱਲੋਂ ਇਸ ਚੀਜ਼ ਦਾ ਅੱਜ ਇੱਥੇ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਜੀ ਕਿ ਸੈਨੇਟ ਦੀ ਇਲੈਕਸ਼ਨ ਜਲਦੀ ਤੋਂ ਜਲਦੀ ਬਹਾਲ ਕੀਤੀ ਜਾਵੇ, ਨਹੀਂ ਤਾਂ ਇਹ ਰੋਸ ਪ੍ਰਦਰਸ਼ਨ ਹੋਰ ਵੱਡਾ ਰੂਪ ਧਾਰ ਕੇ ਸੜਕਾਂ 'ਤੇ ਆਊਗਾ ਅਤੇ ਸਾਰੇ ਕਾਲਜ ਯੂਨੀਵਰਸਿਟੀਆਂ ਦੇ ਵਿੱਚ ਜਾ ਕੇ ਅਸੀਂ ਬੈਠਾਂਗੇ, ਜਿੰਨਾ ਟਾਈਮ ਇਹ ਸੈਂਟਰ ਸਰਕਾਰ ਆਪਦਾ ਅੜੀਅਲ ਰਵੱਈਆ ਪੰਜਾਬ ਦੇ ਵਿੱਚ ਆਪਣੀ ਦਖਲਅੰਦਾਜ਼ੀ, ਪਹਿਲਾਂ ਕਿਸਾਨਾਂ ਦੇ ਨਾਲ ਐਡਾ ਵੱਡਾ ਧੱਕਾ, ਕਿਸਾਨ ਮਾਰੂ ਕਾਨੂੰਨ ਬਣਾਏ ਅਤੇ ਹੁਣ ਪੰਜਾਬ ਦੀ ਪੜ੍ਹਾਈ ਅਤੇ ਵਿੱਦਿਆ 'ਤੇ ਕਬਜ਼ਾ ਕਰਨ ਦੀ ਨੀਅਤ ਨਾਲ ਇਹ ਸੈਂਟਰ ਸਰਕਾਰ ਚਾਲਾਂ ਚੱਲ ਰਹੀ ਹੈ। ਇਹਨੂੰ ਪੰਜਾਬ ਦਾ ਯੂਥ, ਪੰਜਾਬ ਦੀ ਪੋਲਿਟਿਕਸ ਕਦੇ ਵੀ ਬਰਦਾਸ਼ਤ ਨਹੀਂ ਕਰੂਗੀ ਅਤੇ ਇਹਦਾ ਅਸੀਂ ਰੱਜ ਕੇ ਵਿਰੋਧ ਕਰਾਂਗੇ। ਜਿੰਨਾ ਟਾਈਮ ਇਹ ਵਾਪਸ ਨਹੀਂ ਹੁੰਦਾ ਅਸੀਂ ਉਨਾ ਟਾਈਮ ਇਹ ਵਿਰੋਧ ਜਾਰੀ ਰਹੂਗਾ।